ਕੁਲਵਿੰਦਰ ਕੌਰ ਦੇ ਵਕੀਲ ਦਾ ਪਹਿਲਾ ਇੰਟਰਵਿਊ ਆ ਗਿਆ ਹੈ ਤੇ ਇੰਟਰਵਿਊ ਦੇ ਵਿੱਚ ਦੱਸ ਰਿਹਾ ਹੈ ਕਿ ਕੁਲਵਿੰਦਰ ਕੌਰ ਦੇ ਖਿਲਾਫ ਕਿਹੜਾ ਐਕਸ਼ਨ ਲਿਆ ਗਿਆ ਹੈ, ਕਿਹੜੀਆਂ ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ। ਖੈਰ ਪਹਿਲਾਂ ਤੇ ਆਪਾਂ ਵੀਡੀਓ ਦੇਖ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਕੁਲਵਿੰਦਰ ਕੌਰ, ਹਾਲਾਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਮਸਲਾ ਕੰਗਨਾ ਰਣੌਤ ਦੇ ਨਾਲ ਸਾਹਮਣੇ ਆਇਆ ਤੇ ਉਦੋਂ ਬਾਅਦ ਵਿੱਚ ਅੱਜ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਉਹਦੇ ਉੱਤੇ FIR ਦਰਜ ਹੋ ਚੁੱਕੀ ਆ। ਕਲੈਰੀਫਿਕੇਸ਼ਨ ਹੋਣੀ ਬੜੀ ਜ਼ਰੂਰੀ ਹੈ ਕਿ ਜੇ ਇਹ ਵਾਪਰਿਆ ਇਹਦੇ ਪਿੱਛੇ ਰੀਜ਼ਨ ਕੀ ਹੈ ਵਾਪਰਨ ਦਾ। ਇਹ ਨਹੀਂ ਕਿ ਵੀ ਅੱਜ ਉਹਦੇ ਕਿਸੇ ਨੇ ਚਪੇੜ ਜੜਤੀ, ਉਹਦਾ ਐਕਟ ਤੇ ਕੰਡਕਟ ਪ੍ਰੀਵੀਅਸ ਕੀ ਰਿਹਾ। ਇਹ ਤਾਂ ਕੰਡੇ ਬੀਜੇ ਨੇ, ਚੁਗਣੇ ਤਾਂ ਪੈਣੇ ਹੀ ਨੇ ਨਾ। ਹਲੇ ਤਾਂ ਸਿਕਿਉਰਿਟੀ ਹੈ। ਸਪੋਜ਼ ਕਰੋ ਕੱਲ ਕੋਈ ਹੋਰ ਕਿਸੇ ਦਾ ਜਜ਼ਬਾਤ ਹੋਵੇ, ਜਜ਼ਬਾਤੀ ਖੂਨ ਹੈ ਇਹ, ਅੱਜ ਦਾ ਨਹੀਂ ਇਹ, ਸ਼ੁਰੂ ਤੋਂ ਹੈ ਜਜ਼ਬਾਤੀ ਖੂਨ ਹੋਣ ਕਰਕੇ ਕਿੰਨੀਆਂ ਫਾਂਸੀਆਂ ਜਿਹੜੀਆਂ ਦੇਸ਼ ਦੀ ਆਜ਼ਾਦੀ ਲਈ ਵੀ ਕੀਤੀਆਂ। ਸਾਡਾ ਤਾਂ ਧਰਮ ਇਹ ਹੈ ਪੰਜਾਬ ਚ ਆ ਕੇ ਚੱਕਰ ਤਾਂ ਮਾਰੇ। ਜੀ ਸਾਹਿਬ, ਜੇ ਚਲੋ ਇੱਕ ਤਾਂ ਇਹ ਹੈ ਵੀ ਇਹ ਸੈਲੀਬ੍ਰਿਟੀ ਆ, ਐਕਟਰੈਸ ਹੈਗੀ, ਤੇ ਦੂਜੇ ਪਾਸੇ ਹੁਣ ਇਹ MP ਬਣ ਗਈ ਹੈ, ਤਾਂ ਕੀ MP ਤੌਰ ਦੇ ਉੱਤੇ ਉਹਦੇ ਨਾਲ ਜੋ ਕੰਡਕਟ ਹੋਇਆ ਉਹ ਠੀਕ ਹੈ? ਭਾਵੇਂ MP ਹੈ, ਭਾਵੇਂ ਕੋਈ ਚੀਫ ਮਿਨਿਸਟਰ ਹੈ, ਅੰਡਰ ਆਰਟੀਕਲ 14 ਸਾਰੇ ਇਕੁਅਲ ਰਾਈਟਸ ਨੇ, ਸਿਟੀਜ਼ਨ ਨੇ ਇੰਡੀਆ ਦੇ। ਇਹ ਬੋਲਣ ਤੇ ਇਹਨੂੰ ਚੁੱਪ ਕੌਣ ਕਰਾਊਗਾ? ਜਿੰਨੀ ਦੇਰ ਇਹਦੇ ਤੇ ਪਰਚਾ ਨਹੀਂ ਹੁੰਦਾ ਉਨੀ ਦੇਰ ਹਟ ਜੂ ਬੋਲਣ ਤੋਂ। ਹਰ ਇੱਕ ਬੰਦੇ ਨੂੰ ਜਿਹੜਾ ਕੋਈ ਪੰਜਾਬੀਅਤ ਦੀ ਜਾਂ ਸਿੱਖਿਜ਼ਮ ਦੀ ਗੱਲ ਕਰਦਾ ਜਾਂ ਕੋਈ ਕਿਰਪਾਨ ਪਾਈ ਹੋਈ ਉਹਨੂੰ ਟੈਰਰਿਸਟ ਦੱਸਦੀ ਹੈ। ਆਜ਼ਾਦੀ ਵਾਸਤੇ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੇ ਉਸ ਟਾਈਮ ਦੇ ਹੁਕਮਰਾਮਾਂ ਦੇ ਲਈ ਇਹ ਵੀ ਟੈਰਰਿਸਟ ਸੀਗੇ, ਉਹਨਾਂ ਲਈ ਤਾਂ ਟੈਰਰਿਸਟ ਸੀ। ਜਦੋਂ ਹੁਣ ਇਹ ਆਪਣੇ ਹੱਕਾਂ ਲਈ ਉੱਥੇ ਗਏ ਨੇ ਤਾਂ ਸ਼ੁਰੂ ਤੋਂ ਹੀ ਅੱਗ ਉਗਲਦੀ ਹੈ। ਪੰਜਾਬ ਨੂੰ ਤਾਂ ਟੈਰਰਿਸਟ, ਹੁਣ ਵੀ ਜਿਹੜਾ ਰਿਪਲਾਈ ਦਿੱਤਾ, ਆਈ ਐਮ ਵੈਰੀ ਅਫਰੇਡ ਫਰੋਮ ਦੀ ਸਟੇਟਮੈਂਟ। ਪੰਜਾਬ ਵਿੱਚ ਅੱਤਵਾਦੀ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਇਹ ਤਾਂ ਮਤਲਬ ਸਟੇਟਮੈਂਟਾਂ ਦੇ ਕੇ ਪੰਜਾਬ ਦੀ ਹਾਰਮਨੀ ਨੂੰ ਖਤਰਾ ਹੈ। ਇਹ ਜੇ NSA ਬਣਦੀ ਹੈ, ਇਹੋ ਜਿਹੇ ਲੋਕ ਜਿਹੜੇ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹਾਂ, ਇਹਨਾਂ ਤੇ ਲੱਗਣਾ ਬਣਦਾ। ਕੰਗਨਾ ਤੇ NSA ਲੱਗਣਾ। ਸਤਿ ਸ਼੍ਰੀ ਅਕਾਲ ਕੁਲਵਿੰਦਰ ਕੌਰ, ਹਾਲਾਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਮਸਲਾ ਕੰਗਨਾ ਰਣੌਤ ਦੇ ਨਾਲ ਸਾਹਮਣੇ ਆਇਆ ਤੇ ਉਦੋਂ ਬਾਅਦ ਵਿੱਚ ਅੱਜ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਉਹਦੇ ਉੱਤੇ FIR ਦਰਜ ਹੋ ਚੁੱਕੀ ਆ। ਬਕਾਇਦਾ ਤੌਰ ਤੇ ਇੱਥੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ 2 ਨੰਬਰ FIR ਦਰਜ ਹੋਈ ਆ ਤੇ ਉਹਦੇ ਵਿੱਚ ਜਿਹੜੀਆਂ ਧਾਰਾਵਾਂ ਲੱਗੀਆਂ ਨੇਗੀਆਂ। ਹਾਲਾਂਕਿ ਇਸ ਪੂਰੇ ਮਸਲੇ ਨੂੰ ਲੈ ਕੇ ਜੇ ਦੇਖਿਆ ਜਾਵੇ, ਜਿੱਥੇ ਇੱਕ ਪਾਸੇ ਸਿਆਸਤ ਲਗਾਤਾਰ ਹਾਵੀ ਆ ਤਾਂ ਨਾਲ ਹੀ ਕਿਸਾਨ ਸੰਗਠਨ ਵੀ ਨੇ ਜਿਹੜੇ ਉਹ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਨੇ। ਬਕਾਇਦਾ DGP ਕੋਲ ਜਾ ਕੇ ਆਏ ਨੇ, ਸਾਡੇ ਨਾਲ ਐਡਵੋਕੇਟ ਚਰਨਪਾਲ ਬਾਗੜੀ ਨੇ ਪੰਜਾਬ ਹਰਿਆਣਾ ਹਾਈਕੋਰਟ ਤੋਂ। ਇਹ ਧਾਰਾਵਾਂ ਨੇ ਜਿਹੜੀਆਂ ਉਹ ਕਿੱਡੀਆਂ ਕੁ ਘਾਤਕ ਨੇ, ਕਿੱਡੀਆਂ ਕੁ ਖਤਰਨਾਕ ਨੇ, 323 ਤੇ 343 ਦੀ ਜੇ ਗੱਲ ਕੀਤੀ ਜਾਵੇ, ਤੇ ਨਾਲ ਹੀ ਇਹਦੇ ਚ ਭਵਿੱਖ ਦੇ ਵਿੱਚ ਕਿੰਨਾ ਕੁ ਵੱਡਾ ਰੋਲ ਇਹ ਚੀਜ਼ਾਂ ਦਾ ਰਹੇਗਾ, ਤੇ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਲਗਾਤਾਰ ਉੱਠ ਰਹੀ ਹੈ ਕਿ ਜਿਹੜੀਆਂ ਫੋਰਸਿਸ ਇਸ ਤਰ੍ਹਾਂ ਦੇ ਨਾਲ ਤੈਨਾਤ ਨੇ, ਜੇਕਰ ਉਹਨਾਂ ਦੇ ਵਿੱਚੋਂ ਕੋਈ ਜੇ ਅਸੀਂ ਜਿਹੜੀ ਇਹ ਭਾਵਕਪਣਾ ਸਾਈਡ ਤੇ ਰੱਖ ਕੇ ਇਹ ਸੋਚੀਏ ਕਿ ਆਖਿਰ ਜੇਕਰ ਉਹ ਐਕਸ਼ਨ ਕਰਦੀਆਂ ਨੇ ਤਾਂ ਉਹਦਾ ਕਿੱਡਾ ਕੁ ਵੱਡਾ ਸਿੱਟਾ ਜਾਂਦਾ। ਬਗਲੇ ਸਾਹਿਬ, ਦੇਖਿਆ ਜਾਵੇ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ FIR ਹੋ ਚੁੱਕੀ ਆ 323 ਤੇ 343 ਨੰਬਰ। ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਜੇ ਦੇਖੀਏ ਤਾਂ ਇਹ ਧਾਰਾਵਾਂ ਕਿੰਨੀਆਂ ਘਾਤਕ ਹੈਗੀਆਂ ਨੇ ਜਾਂ ਖਤਰਨਾਕ ਨੇ? ਬਿਲਕੁਲ ਘਾਤਕ ਨਹੀਂ, ਬਿਲਕੁਲ ਮਤਲਬ ਸਿੰਪਲ। ਇਹਦੇ ਚ ਜਿਹੜੀ 330 ਹੈ, ਮੈਕਸੀਮਮ 1 ਸਾਲੀ ਸਜ਼ਾ, 1000 ਰੁਪਇਆ ਫਾਈਨ ਹੈ, ਔਰ 341 ਦੇ ਵਿੱਚ 1 ਮਹੀਨੇ ਦੀ ਵੱਧ ਸਜ਼ਾ ਤੇ 500 ਰੁਪਇਆ ਫਾਈਨ ਹੈ, ਜਿਹੜਾ ਕਿ ਯੂਜਲੀ ਨਾ ਹੁੰਦਾ। ਸਭ ਤੋਂ ਇਹ ਸਿੰਪਲ ਜਿਹੜੇ ਸੈਕਸ਼ਨ ਨੇ, ਕੋਈ ਇਹ ਚ ਡਰਨ ਦੀ ਜ਼ਰੂਰਤ ਨਹੀਂ ਹੈ। 23 ਦਾ ਮਤਲਬ ਹੈ ਕੀ ਹੈ ਜੀ, ਜੇ ਕਹੀਏ ਕਾਨੂੰਨ ਦੀ ਭਾਸ਼ਾ? ਜਿਵੇਂ ਚਪੇੜ ਮਾਰੀ ਹੈ, ਵੋਲੰਟਰਲੀ ਕਾਜ਼ਿੰਗ ਹਰਟ ਹੁੰਦਾ ਅਸਲ ਦੇ ਵਿੱਚ, ਜਾਣ ਬੁੱਝ ਕੇ ਕਿਸੇ ਨੂੰ ਹਰਟ ਦੁਖੀ ਕਰਨ ਵਾਸਤੇ ਜਾਂ ਕਿਸੇ ਨੂੰ ਚੋਟ ਪਹੁੰਚਾਉਣ ਵਾਸਤੇ ਜਿਹੜਾ ਐਕਟ ਕੀਤਾ ਗਿਆ, ਇੱਕ ਤਰ੍ਹਾਂ ਦਾ ਇਹ ਅਸੋਲਟ ਹੈ, ਇਸ ਤੋਂ ਜ਼ਿਆਦਾ ਕੁਛ ਨਹੀਂ ਹੈ ਇਹਦੇ ਵਿੱਚ। ਦੂਜੇ ਪਾਸੇ 41 ਦੇ ਵਿੱਚ ਰੋਂਗਫੁਲ ਕਨਫਾਈਨਮੈਂਟ, ਜੇ ਕਿਸੇ ਨੂੰ ਰੋਕਿਆ ਜਾਵੇ, ਕਨਫਾਈਨਮੈਂਟ ਕਿਸੇ ਨੂੰ ਗਲਤ ਤਰੀਕੇ ਨਾਲ ਤੁਸੀਂ ਜਾ ਰਹੇ ਹੋ, ਤੁਹਾਨੂੰ ਫੜ ਕੇ ਮੈਂ ਰੋਕ ਲਾਂ, ਦੈਟ ਇਜ਼ ਅ ਰੋਂਗਫੁਲ ਕਨਫਾਈਨਮੈਂਟ।
ਪਰ ਇਹਦੇ ਚ ਜੇ ਦੇਖੀਏ ਜਦੋਂ ਕੋਈ ਬੰਦਾ ਜਿਹੜਾ ਸਰਕਾਰੀ ਜੋਬ ਤੇ ਆ, ਇੱਕ ਤਾਂ ਹੈਗੀ ਵੀ ਜਿਹੜੀ ਆਮ ਤੌਰ ਤੇ ਕਿਸੇ ਤੇ ਲੱਗਦੀ ਆ, ਉਹਦੇ ਵਾਸਤੇ ਇਫੈਕਟ ਕਰਦੇ ਉਹਦੀ ਜੋਬ ਨੂੰ ਇਫੈਕਟ ਕਰਦੀਆਂ? ਨਹੀਂ, ਇਫੈਕਟ ਤਾਂ ਜੋਬ ਨੂੰ ਜਦੋਂ ਕ੍ਰਿਮੀਨਲ ਐਕਸ਼ਨ ਡਿਊਰਿੰਗ ਡਿਸਚਾਰਜ ਆਫ ਡਿਊਟੀ ਹੁੰਦਾ ਕਰਦਾ ਹੀ ਕਰਦਾ। ਇਸ ਤੋਂ ਇਲਾਵਾ ਦੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਐਕਟ 1968 ਬਣਿਆ ਹੋਇਆ, ਫੋਰਸਿਸ ਦੇ ਨਾਲ ਜੁੜਿਆ ਹੋਇਆ। ਯੈਸ, ਇਹਦੇ ਤੇ ਕ੍ਰੀਏਟ, ਇਹ ਫੋਰਸ ਕ੍ਰੀਏਟ ਉਸ ਐਕਟ ਦੇ ਅੰਡਰ ਹੋਈ ਹੈ, ਗਵਰਨਮੈਂਟ ਐਸਟੈਬਲਿਸ਼ਮੈਂਟਸ ਨੂੰ, ਇੰਡਸਟਰੀਅਲ ਐਸਟੈਬਲਿਸ਼ਮੈਂਟ ਨੂੰ ਤੇ ਇੰਡਸਟਰੀਅਲ ਪ੍ਰਾਈਵੇਟ ਚਾਹੇ ਜਿਹੜੀਆਂ ਗਵਰਨ ਬਾਏ ਗਵਰਨਮੈਂਟ ਆ ਉਹਨਾਂ ਨੂੰ ਪ੍ਰੋਟੈਕਸ਼ਨ ਵਾਸਤੇ, ਜਿਵੇਂ ਇਹ ਫੋਰਸ ਜਿਹੜੀ ਆ ਕ੍ਰੀਏਟ ਹੋਈ ਹੈ, ਉਹਦਾ ਸੈਕਸ਼ਨ 8 ਵੀ ਪਨਿਸ਼ਮੈਂਟ ਦੀ ਗੱਲ ਕਰਦਾ। ਜਿਵੇਂ ਇੱਕ ਗਵਰਨਮੈਂਟ ਮੁਲਾਜ਼ਮ ਜੇ ਕੋਈ ਵੀ ਅਫੈਂਸ ਕਰਦਾ, ਉਹਦੇ ਚ ਜਿੱਦਾਂ ਪਹਿਲਾਂ ਸਸਪੈਂਸ਼ਨ ਹੁੰਦੀ ਹੈ, ਫਿਰ ਟਰਮੀਨੇਸ਼ਨ ਤੇ ਡਿਸਮਿਸਲ ਦਾ ਇਨਕੁਆਰੀ ਤੋਂ ਬਾਅਦ, ਉਹਦੀ ਸੁਣਵਾਈ ਕਰਨ ਤੋਂ ਬਾਅਦ ਜਿਹੜਾ ਉਹ ਵੀ ਇਹਦੇ ਵਿੱਚ ਪ੍ਰਾਵਧਾਨ ਹੈ, ਜਿਹਦੇ ਵਿੱਚ ਇਹਦੇ ਡਿਪਾਰਟਮੈਂਟ ਐਕਸ਼ਨ ਲੈ ਸਕਦਾ, ਚਾਹੇ ਕੋਈ ਇਨਕਰੀਮੈਂਟ ਰੋਕਣੀ ਹੈ ਜਾਂ ਡਿਸਮਿਸਲ ਲਈ ਕਰਨਾ, ਉਹ ਜਿਹੜਾ ਆਮ ਪ੍ਰੋਸੈਸ ਹੈ ਉਸ ਰੂਲਸ ਦੇ ਵਿੱਚ ਗਵਰਨ ਕਰਦਾ। ਇਹਦੇ ਚ ਜਿਹੜੀਆਂ ਧਾਰਾਵਾਂ ਨੇ ਜੀ, ਫਿਰ ਇਹਦੇ ਚ ਜੇ ਕਿਹਾ ਜਾਵੇ ਇਹ ਚ ਅਰੈਸਟ ਹੁੰਦੀ ਹੈ ਜਾਂ ਨਹੀਂ ਹੁੰਦੀ? ਨਹੀਂ, ਨੋ ਅਰੈਸਟ ਐਟ ਆਲ। ਅਰੈਸਟ ਤਾਂ ਇਹ ਚ ਤਾਂ ਕੀ ਅਰੈਸਟ ਹੋਣੀ ਹੈ, ਕਿਉਂਕਿ CRPC ਵੈਰੀ ਕਲੀਅਰ ਹੈ ਕਿ ਜਿੱਥੋਂ 3 ਸਾਲ ਤੱਕ ਦਾ ਅਫੈਂਸ ਹੈ ਅਵੇਲੇਬਲ ਹੈ ਤੇ ਨੋਨ ਕੋਗਨੀਜੇਬਲ ਹੈ, ਉਹਨੂੰ ਅਰੈਸਟ ਨਾ ਉਹ ਅਰੈਸਟ ਹੋਣਾ। ਰਾਈਟ ਜਿਹੜਾ ਐਜ਼ ਮੈਟਰ ਆਫ ਬੇਲ ਜਿਹੜਾ ਹੈ, ਰਾਈਟ ਮੈਟਰ ਆਫ ਰਾਈਟ ਹੈ ਬੇਲ ਲੈਣਾ, ਇਹ ਚ ਕੋਈ ਅਰੈਸਟ ਹੋਣ ਦਾ ਪ੍ਰਾਵਧਾਨ ਨਹੀਂ, ਨਾ ਅਰੈਸਟ ਹੋ ਸਕਦਾ, ਨਾ ਇਹਨੂੰ ਰਿਮਾਂਡ ਜਾਂ ਕੁਛ ਵੀ ਇਹ ਚ ਕੋਈ ਪ੍ਰਾਵਧਾਨ ਨਹੀਂ। ਸਭ ਤੋਂ ਸਿੰਪਲ ਜਿਹੜਾ ਹੈ, ਹੁਣ ਤਾਂ ਸੁਪਰੀਮ ਕੋਰਟ ਨੇ ਰਣੇਸ਼ ਕੁਮਾਰ ਚ ਡਿਟੇਲ ਚ ਇਹ ਵੀ ਕਹਿਤਾ, ਜਿੱਥੋਂ ਤੱਕ 7 ਸਾਲ ਤੱਕ ਦੀ ਸਜ਼ਾ, ਪੁਲਿਸ ਆਫਿਸਰ ਜੇ ਕਿਸੇ ਨੂੰ ਅਰੈਸਟ ਕਰਨਾ ਤਾਂ ਸੈਕਸ਼ਨ 41 CRPC ਦਾ ਜਿਹੜਾ ਪ੍ਰੋਸੀਜਰ ਆ ਉਹਨੂੰ ਆਪਟ ਕਰੂਗਾ, ਇੱਦਾਂ ਨਹੀਂ ਵੀ ਰੇਡ ਕਰਕੇ ਉਹਨੂੰ ਅਰੈਸਟ ਕਰ ਲੂਗਾ ਆਪਣੇ ਉਹਦੇ ਨਾਲੇ। ਸੋ ਇਸ ਇਸ਼ੂਜ਼ ਨੂੰ ਜਿਹੜਾ ਕਲੈਰੀਫਿਕੇਸ਼ਨ ਹੋਣੀ ਬੜੀ ਜ਼ਰੂਰੀ ਹੈ ਕਿ ਜੇ ਇਹ ਵਾਪਰਿਆ ਇਹਦੇ ਪਿੱਛੇ ਰੀਜ਼ਨ ਕੀ ਹੈ ਵਾਪਰਨ ਦਾ। ਇਹ ਨਹੀਂ ਕਿ ਵੀ ਅੱਜ ਉਹਦੇ ਕਿਸੇ ਨੇ ਚਪੇੜ ਜੜਤੀ, ਉਹਦਾ ਐਕਟ ਤੇ ਕੰਡਕਟ ਪ੍ਰੀਵੀਅਸ ਕੀ ਰਿਹਾ। ਤੇ ਗਵਰਨਮੈਂਟ ਨੂੰ ਉਦੋਂ ਲੈਣਾ ਚਾਹੀਦਾ ਸੀ ਜਦੋਂ ਉਹੀ ਪੰਜਾਬ ਜਿਹਨੇ ਜਦੋਂ ਆਜ਼ਾਦੀ ਦੇ ਵਾਸਤੇ, ਇਹ ਤਾਂ ਇਹ ਜੇ ਕਿਉਂਕਿ ਜਦੋਂ ਆਪਣੇ ਆਜ਼ਾਦੀ ਵਾਸਤੇ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਨੇ ਉਸ ਟਾਈਮ ਦੇ ਹੁਕਮਰਾਮਾਂ ਦੇ ਲਈ ਇਹ ਵੀ ਟੈਰੋਰਿਸਟ ਸੀਗੇ, ਉਹਨਾਂ ਲਈ ਤਾਂ ਟੈਰੋਰਿਸਟ ਸੀ। ਜਦੋਂ ਹੁਣ ਇਹ ਆਪਣੇ ਹੱਕਾਂ ਲਈ ਉੱਥੇ ਗਏ ਨੇ, ਇਹ ਤਾਂ ਸ਼ੁਰੂ ਤੋਂ ਹੀ ਅੱਗ ਉਗਲਦੀ ਹੈ ਪੰਜਾਬ ਨੂੰ ਤਾਂ ਟੈਰੋਰਿਸਟ। ਹੁਣ ਵੀ ਜਿਹੜਾ ਰਿਪਲਾਈ ਦਿੱਤਾ, ਆਈ ਐਮ ਵੈਰੀ ਅਫਰੇਡ ਫਰੋਮ ਦੀ ਸਟੇਟਮੈਂਟ, ਪੰਜਾਬ ਵਿੱਚ ਅੱਤਵਾਦੀ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਪੰਜਾਬ ਜਿੱਥੇ ਆ ਕੇ ਪਤਾ ਚੱਲਦਾ ਪੰਜਾਬ ਦਾ ਹੈ ਕੀ ਵਿਰਾਸਤ, ਇਹ ਤਾਂ ਮਤਲਬ ਸਟੇਟਮੈਂਟਾਂ ਦੇ ਕੇ ਪੰਜਾਬ ਦੀ ਹਾਰਮਨੀ ਨੂੰ ਖਤਰਾ ਹੈ। ਇਹ ਜੇ NSA ਬਣਦੀ ਹੈ, ਇਹੋ ਜਿਹੇ ਲੋਕ ਜਿਹੜੇ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਆ, ਇਹਨਾਂ ਤੇ ਲੱਗਣਾ ਬਣਦਾ। ਤੁਸੀਂ ਕਹਿ ਰਹੇ ਹੋ ਕਿ ਕੰਗਲਾ ਤੇ NSA ਲੱਗਣਾ ਚਾਹੀਦਾ ਸਟੇਟਮੈਂਟ ਲਈ? ਨਹੀਂ, ਜਿਹੜੀਆਂ ਸਟੇਟਮੈਂਟਾਂ ਤੁਸੀਂ ਕਰ ਲਓ, ਜਿਹੜੀਆਂ ਸਟੇਟਮੈਂਟਾਂ ਇੱਕ ਪੰਜਾਬ ਦੀ ਹਾਰਮਨੀ ਨੂੰ ਕਰਨ ਵਾਸਤੇ, ਦਲਜੀਤ ਦੁਸਾਂਝ ਹਾਇਰ ਟੈਕਸ ਪੇਅਰ ਹੈ, ਕਿਹਦਾ ਇੰਡੀਅਨ ਨਹੀਂ ਉਹ? ਇਹ ਤਾਂ ਹੋ ਤਾਂ ਦੇਖੋ ਕੀ ਰਿਹਾ, ਤਾਂ ਮਤਲਬ ਕਿੱਧਰ ਨੂੰ ਨੈਰੇਟਿਵ ਸਿਰਜਿਆ ਜਾ ਰਿਹਾ। ਜਿਹੜਾ ਅਫੈਂਸ ਕਰ ਰਿਹਾ ਸੀ ਇੱਕ ਮਾਈਨੋਰਿਟੀ ਕਮਿਊਨਿਟੀ ਨੂੰ ਇੱਕ ਟੈਰੋਰਿਸਟ ਦੱਸ ਕੇ ਵਾਈ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹਨੂੰ, ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਲੋਕਾਂ ਚ ਕਿੰਨਾ ਉਸਦੇ ਪ੍ਰਤੀ ਗੁੱਸਾ ਹੈ, ਕਿਉਂਕਿ ਉਹਨਾਂ ਦੀਆਂ ਮਾਵਾਂ ਭੈਣਾਂ ਪਿਤਾ ਮਾਤਾ ਜਿਹੜੇ ਇੱਕ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦੇ ਆ, ਜਿਹਨਾਂ ਨੂੰ ਟੈਰੋਰਿਸਟ ਕਿਹਾ, ਜਿਹਨਾਂ ਨੂੰ ਕਿਹਾ 100-100 ਰੁਪਏ ਚ ਦਿਹਾੜੀ, ਪੰਜਾਬ ਦੇ ਤਾਂ ਸਿਰ ਦਾ ਤਾਜ ਹੈ ਹਿੰਦੁਸਤਾਨ ਦਾ, ਕਿੱਦਾਂ ਤੁਸੀਂ ਇੰਨਾ ਗਲਤ ਸ਼ਬਦਾਵਲੀ ਤੇ ਅੱਗ ਉਗਲ ਸਕਦੇ ਹੋ? ਜਿਹੜਾ ਕੋਈ ਪੰਜਾਬ ਦਾ ਕਿਸੇ ਵੀ ਫੀਲਡ ਦੇ ਵਿੱਚ ਰਾਈਜ਼ ਕਰਦਾ ਬੰਦਾ, ਚਾਹੇ ਉਹ ਫਿਲਮ ਇੰਡਸਟਰੀ 'ਚ ਹੋਵੇ ਭਾਵੇਂ ਉਹ ਸਿੰਗਿੰਗ 'ਚ ਹੋਵੇ, ਇਸ ਕੰਗਨਾ ਨੇ ਉਸ ਨੂੰ ਟਾਰਗੇਟ ਕਰਕੇ ਟੈਰੋਰਿਸਟ ਕਿਹਾ, ਇਹ ਅਫੈਂਸ ਨਹੀਂ ਹੈ ਕੋਈ? ਤੁਹਾਡਾ ਕੋਈ ਬੰਦਾ ਕਿਸੇ ਮਤਲਬ ਹਿੰਦੂਇਜ਼ਮ ਦੇ, ਜਾਂ ਮੈਂ ਰਿਸਪੈਕਟ ਸਾਰਿਆਂ ਲਈ ਹੈ,
ਪੰਜਾਬ ਚੋਂ ਬੋਲ ਕੇ ਦਿਖਾ ਦੇਵੇ ਜੇ ਉਹਦੇ ਤੇ ਨਾਂ ਲਾ ਦੇਣ NSA। ਪਰ ਇਹਦੇ ਚ ਜੇ ਦੇਖਿਆ ਜਾਵੇ ਹੁਣ ਇਹ ਚੀਜ਼ ਨੂੰ ਵਕੀਲ ਸਾਹਿਬ ਅਸੀਂ ਕਿਸੇ ਨਾ ਕਿਤੇ ਜੇ ਦੇਖਿਆ ਜਾਵੇ ਕਿਸਾਨੀ ਨਾਲ ਜੁੜ ਗਈ ਤਾਂ ਉਹਨੂੰ ਬਚਾ ਕਰ ਰਹੇ ਹਾਂ, ਜਾਂ ਇਹ ਹੈ ਵੀ ਜਿਹੜਾ ਐਕਟ ਪੂਰਾ ਹੋਇਆ ਚਾਹੇ ਪਹਿਲਾਂ ਕੰਗਣਾ ਨੇ ਕਰਿਆ ਫਿਰ ਉਹ ਕੁੜੀ ਨੇ ਜਵਾਬ ਦਿੱਤਾ, ਉਹ ਜਿਹੜੇ ਸਰਕਮਸਟਾਂਸ ਬਣੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਹੈ ਵੀ ਜੇ ਉਹਦੇ ਨਾਲ ਹੋ ਗਿਆ ਤਾਂ ਗਲਤ ਨਹੀਂ ਉਹਨੂੰ ਕਿਤੇ ਨਾ ਕਿਤੇ ਸਾਬਤ ਕਰ ਰਹੇ। ਨਹੀਂ, ਇਹ ਕਿਸਾਨੀ ਨਾਲ ਰਿਲੇਟਡ ਨਹੀਂ ਹੈ, ਇਹ ਤਾਂ ਪੰਜਾਬੀਅਤ ਨਾਲ ਰਿਲੇਟਡ ਹੈ, ਇਹ ਤਾਂ ਸਿੱਖਿਜ਼ਮ ਨਾਲ ਰਿਲੇਟਡ ਹੈ। ਜਿਹੜਾ ਬੰਦਾ ਕੋਈ ਆਰਟੀਕਲ 25 ਦੇ ਵਿੱਚ ਦੋ ਜ਼ਿਕਰ ਆਉਂਦੇ ਆ ਸਿਰਫ ਕਿਸੇ, ਅੱਜ ਤੱਕ ਮੈਂ ਇਹ ਗੱਲ ਕੌਨਸਟੀਟਿਊਸ਼ਨ ਦੇ ਵਿੱਚ ਧਰਮ ਦੇ ਵਿੱਚ, ਜੇ ਕੋਈ ਕਿਰਪਾਨ ਨੂੰ ਕੈਰੀ ਕਰਨਾ ਅਤੇ ਕਿਰਪਾਨ ਨੂੰ ਪਹਿਨਣਾ ਜੇ ਮਾਨਤਾ ਮਿਲੀ ਹੈ, ਸਿਰਫ ਦੋ ਸਿੰਬਲਸ ਨੂੰ ਮਿਲੀ ਹੈ ਜਿਹੜੇ ਕਿ ਸਿੱਖਿਜ਼ਮ ਦੇ ਸਿੰਬਲ ਨੇ, ਕੌਨਸਟੀਟਿਊਸ਼ਨ ਤੋਂ ਤਾਂ ਉੱਤੇ ਕੋਈ ਨਹੀਂ। ਇਹ ਜਿਹੜਾ ਕੋਈ ਜਿਹਨੇ ਕੋਈ ਕਿਰਪਾਨ ਪਾਈ ਹੈ ਜਾਂ ਦਾੜਾ ਪ੍ਰਕਾਸ਼ ਕੀਤਾ ਉਹਨੂੰ ਇਹ ਟੈਰਰਿਸਟ ਦੱਸ ਦਿੰਦੀ ਹੈ। ਡੈਫੀਨੇਸ਼ਨ ਇਹ ਬੜੀ ਸੌਖੀ ਹੈ, ਇਹਦੇ ਤੇ ਕੋਈ ਕਾਰਵਾਈ ਨਹੀਂ ਹੋਣੀ ਸੀ ਬਣਦੀ, ਕਿੱਡੀਆਂ ਕਿੱਡੀਆਂ ਸਟੇਟਮੈਂਟਾਂ ਤੁਸੀਂ ਤਾਂ ਸੁਣੀਆਂ। ਇਹੀ ਮੀਡੀਆ ਸੀ ਜਿਹੜਾ ਨਾਲ ਪ੍ਰੋਪੋਗੇਟ ਇਹ ਕਰ ਰਿਹਾ ਸੀ ਵੀ ਜਿਹੜੀ ਪੰਜਾਬੀਅਤ ਹੈ ਜਾਂ ਪੰਜਾਬ ਦੇ ਕਿਸਾਨ ਨੇ ਉਹ ਟੈਰਰਿਸਟ ਨੇ। ਜੇ ਉੱਥੇ ਹੀ ਇਹਨੂੰ ਫੁੱਲ ਸਟੋਪ ਲੱਗਿਆ ਹੁੰਦਾ ਇਹੋ ਜਿਹੇ ਲੋਕਾਂ ਨੂੰ, ਇਹ ਤਾਂ ਉਤਸ਼ਾਹ ਮਿਲਣਾ ਵਾਈ ਸਿਕਿਉਰਿਟੀ ਦੇਣਾ ਉਹਨੂੰ ਅੱਗੇ ਤੋਂ, ਹੋਰ ਕੋਈ ਟਿਕਟ ਦੇਣਾ ਜਾਂ ਅੱਗੇ ਕਰਨਾ, ਇਹਦੇ ਬਾਰੇ ਸੋਚਣਾ ਚਾਹੀਦਾ ਗਵਰਨਮੈਂਟ ਨੂੰ। ਇਹ ਪੰਜਾਬ ਦਾ ਖੂਨ ਬੜਾ, ਪੰਜਾਬ ਬੜਾ ਸ਼ਾਂਤਮਈ ਨਾਲ ਚੱਲ ਰਿਹਾ, ਹਰ ਭਾਈਚਾਰਕ ਸਾਂਝ ਹੈ, ਕੋਈ ਏਦਾਂ ਦਾ ਇਸ਼ੂ ਪੰਜਾਬ ਦੇ ਵਿੱਚ ਨਹੀਂ, ਆਪਾਂ ਪੰਜਾਬ 'ਚ ਰਹਿੰਦੇ ਹਾਂ। ਦੂਜੇ ਪਾਸੇ ਦੇਖੀਏ ਵਕੀਲ ਸਾਹਿਬ, ਜੇ ਚਲੋ ਇੱਕ ਤਾਂ ਇਹ ਹੈ ਵੀ ਇਹ ਸੈਲੀਬ੍ਰਿਟੀ ਆ, ਐਕਟਰੈਸ ਹੈਗੀ, ਤੇ ਦੂਜੇ ਪਾਸੇ ਹੁਣ ਇਹ MP ਬਣ ਗਈ ਹੈ, ਤਾਂ ਕੀ MP ਤੌਰ ਦੇ ਉੱਤੇ ਉਹਦੇ ਨਾਲ ਜੋ ਕੰਡਕਟ ਹੋਇਆ ਉਹ ਠੀਕ ਹੈਗਾ ਇਹਦੇ 'ਚ ਦੇਖੀਏ, ਜਾਂ MP ਨੂੰ ਲੈ ਕੇ ਹਜੇ ਹਾਲਾਂਕਿ ਇਹਨੂੰ ਜੇ ਟੈਕਨੀਕਲ ਗਰਾਊਂਡ ਤੇ, ਟੈਕਨੀਕਲ ਗਰਾਊਂਡ ਹਲੇ ਤਾਂ ਇਲੈਕਸ਼ਨ ਹੋਈ ਹੈ, ਹਲੇ ਓਥ ਹੋਣੀ ਹੈ, ਭਾਵੇਂ MP ਹੈ ਭਾਵੇਂ ਕੋਈ ਚੀਫ ਮਿਨਿਸਟਰ ਹੈ, ਅੰਡਰ ਆਰਟੀਕਲ 14 ਸਾਰੇ ਇਕੁਅਲ ਰਾਈਟਸ ਨੇ ਸਿਟੀਜ਼ਨ ਨੇ ਇੰਡੀਆ ਦੇ, ਕੋਈ ਸਪੈਸ਼ਲ ਪਰਕਸ ਐਕਸੈਪਟ ਦੀ ਪ੍ਰੈਜ਼ੀਡੈਂਟ ਜਿਹਨੂੰ ਕਰੋਨ ਦੀਆਂ ਪਾਵਰ, ਰਾਜੇ ਦੀਆਂ ਪਾਵਰਾਂ ਹਾਸਲ ਨੇ, ਉਹ ਤੋਂ ਬਿਨਾਂ ਸਾਰਿਆਂ ਨੂੰ ਲਾਅ ਇਕੁਅਲ ਹੈ। ਜੇ ਲਾਅ ਇਕੁਅਲ ਨਾ ਹੋਵੇ, MLA 'ਤੇ ਕੋਈ ਪਰਚਾ ਨਾ ਹੋਵੇ, MP 'ਤੇ ਨਾ ਹੋਵੇ, ਸਿਟਿੰਗ ਤੁਹਾਡਾ ਚੀਫ ਮਿਨਿਸਟਰ ਦਿੱਲੀ ਦਾ ਉਹਦੇ 'ਤੇ ਪਰਚਾ ਹੋ ਕੇ ਉਹਦਾ ਅਰੈਸਟ ਨਹੀਂ ਹੋਈ। ਪਾਕਿਸਤਾਨ ਦੇ ਵਿੱਚ ਸਿਟਿੰਗ ਪ੍ਰਾਈਮ ਮਿਨਿਸਟਰ ਨੂੰ ਲਾ ਕੇ ਜੇਲ੍ਹ 'ਚ ਨਹੀਂ ਸਿੱਟਿਆ। ਸੋ ਇਹ ਕੋਈ ਸਪੈਸ਼ਲ ਪ੍ਰੋਵੀਜ਼ਨਸ ਜਿਹੜੀਆਂ ਨੇ ਉਹ ਨਹੀਂ। ਜੇ ਕੋਈ ਅਫੈਂਸ ਕਰਦਾ, ਅਫੈਂਸ ਵਾਸਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਇਹ ਨਹੀਂ ਕੋਈ MP ਬਣ ਗਿਆ ਜਾਂ ਕੋਈ ਫਿਲਮ ਅਦਾਕਾਰ ਹੈ। ਹਾਂ, ਉਹ ਉਹਦੇ ਲਈ ਉਹਦੀ ਸਿਕਿਉਰਿਟੀ ਕਰਨ ਵਾਸਤੇ, ਕਿਉਂਕਿ ਉਹ ਟੈਕਸ ਜ਼ਿਆਦਾ ਪੇ ਕਰਦੇ ਆ, ਉਹਦੀ ਸਿਕਿਉਰਿਟੀ ਲਈ ਸਰਕਾਰ ਜ਼ਿੰਮੇਵਾਰ ਜ਼ਰੂਰ ਹੈ। ਪਰ ਜੇ ਉਹ ਕੋਈ ਅਫੈਂਸ ਕਰਦਾ, ਅੱਗ ਉਗਲ ਰਿਹਾ, ਲੋਕਾਂ ਦੇ ਵਿੱਚ ਭਾਈਚਾਰਕ ਸਾਂਝ 'ਚ ਕੋਈ ਆਪਣਾ ਯੋਗਦਾਨ ਪਾ ਰਿਹਾ, ਉਹਦੇ 'ਤੇ ਜੋ ਕਾਰਵਾਈ ਇੱਕ ਟੈਰਰਿਸਟ 'ਤੇ ਹੁੰਦੀ ਹੈ ਉਹਦੇ 'ਤੇ ਹੋਣੀ ਬਣਦੀ ਹੈ, ਨਾ ਕਿ ਉਹਦੇ ਕਹਿਣ ਦੇ ਉੱਤੇ ਕਿਸੇ ਨੂੰ। ਸਾਡਾ ਤਾਂ ਜਿਹੜਾ ਕੰਟਰੀ ਹੈ ਉਹ ਡਾਈਵਰਸੀਫਿਕੇਸ਼ਨ ਆ, ਉਹ 'ਚ ਡਾਈਵਰਸਿਟੀ ਹੈ, ਉਹ ਤਾਂ ਗੁਲਦਸਤਾ ਇੱਕ ਅਲੱਗ ਅਲੱਗ ਧਰਮਾਂ ਦਾ। ਮਨਿਓਰਿਟੀ ਵਾਸਤੇ ਤਾਂ ਪ੍ਰੋਟੈਕਸ਼ਨ ਦੀ ਲੋੜ ਹੈ, ਮਨਿਓਰਿਟੀ ਵਾਸਤੇ ਤਾਂ ਪ੍ਰੋਟੈਕਸ਼ਨ ਦੀ ਲੋੜ ਹੈ। ਜਿਹੜਾ ਮਨਿਓਰਿਟੀ ਨੂੰ ਟਾਰਗੇਟ ਕਰਕੇ ਜਿਹੜੀ ਪਬਲਿਕ ਹਾਰਮੋਨਿਕ ਭਾਈਚਾਰਕ ਸਾਂਝ ਦੇ ਵਿੱਚ ਦਰਾਰ ਪਾ ਰਿਹਾ ਹੈ, ਉਹਦੇ 'ਤੇ ਐਕਸ਼ਨ ਤਾਂ ਕਦੋਂ ਦਾ ਹੋਣਾ ਬਣਦਾ ਸੀ। ਹੁਣ ਵੀ ਜਿਹੜੀ ਗਵਰਨਮੈਂਟ ਹੈ ਉਹਨੂੰ ਸੋਚਣਾ ਚਾਹੀਦਾ ਵੀ ਜੋ ਐਕਟ 'ਤੇ ਪ੍ਰੀਵੀਅਸ ਕੰਡਕਟ ਹੈ ਜਿਹੜਾ ਰਿਹਾ, ਉਹਦੇ ਵਾਸਤੇ ਜੇ ਕੋਈ ਇਹਦੇ 'ਤੇ ਬਣਦਾ ਕਾਨੂੰਨ ਮੁਤਾਬਕ ਕਾਰਵਾਈ ਜ਼ਰੂਰ ਅਮਲ 'ਚ ਲਿਆਉਣੀ ਚਾਹੀਦੀ ਹੈ, ਨਾ ਕਿ ਮਤਲਬ ਤੁਸੀਂ ਇਹ ਦੇਖੋ ਵੀ ਉਹਦੇ 'ਤੇ ਕਿਸੇ ਨੇ ਚਪੇੜ ਮਾਰਤੀ ਜਾਂ ਕੁਛ ਹੋਰ ਕਰਤਾ। ਇਸ ਐਕਟ ਦੇ ਵਿੱਚ ਉਹ ਜਿਹੜੀ ਕਾਂਸਟੇਬਲ ਹੈ ਉਹਦਾ ਹਲੇ ਤੱਕ ਵਰਜਨ ਨਾ ਤੁਸੀਂ ਦੱਸਿਆ, ਨਾ ਮੈਨੂੰ ਪਤਾ ਵੀ ਕੀ ਹੋਇਆ ਕੀ ਹੈ ਅਸਲ ਵਿੱਚ ਉੱਥੇ, ਉਹ ਬਾਅਦ ਦੀਆਂ ਗੱਲਾਂ। ਜਿਹੜਾ ਤੁਸੀਂ ਪੁੱਛਿਆ ਉਹਦਾ ਮੈਂ ਤੁਹਾਨੂੰ ਇਹੀ ਆਨਸਰ ਦੇ ਰਿਹਾ, ਉਹਦੇ ਕੋਲ ਅਮਿਊਸ਼ਨ ਵੀ ਸੀ, ਉਹਨੇ ਚਪੇੜ ਮਾਰ ਕੇ ਸਾਰਿਆ ਜਾਂ ਕੋਈ ਹੋਰ, ਕੱਲ ਨੂੰ ਕੋਈ ਹੋਰ 19-21 ਹੁੰਦੀ ਹੈ, ਇਹ ਬੋਲਣ 'ਤੇ ਇਹਨੂੰ ਚੁੱਪ ਕੌਣ ਕਰਾਊਗਾ? ਜਿੰਨੀ ਦੇਰ ਇਹਦੇ 'ਤੇ ਪਰਚਾ ਨਹੀਂ ਹੁੰਦਾ ਉਨੀ ਦੇਰ ਹਟ ਜੂ ਬੋਲਣ ਤੋਂ। ਹਰ ਇੱਕ ਬੰਦੇ ਨੂੰ ਜਿਹੜਾ ਕੋਈ ਪੰਜਾਬੀਅਤ ਦੀ ਜਾਂ ਸਿੱਖਿਜ਼ਮ ਦੀ ਗੱਲ ਕਰਦਾ ਜਾਂ ਕੋਈ ਕਿਰਪਾਨ ਪਾਈ ਹੋਈ ਉਹਨੂੰ ਟੈਰਰਿਸਟ ਦੱਸਦੀ ਹੈ ਇਹ।
ਇਹਦੇ ਕੌਣ, ਇਹ ਤਾਂ ਕੰਡੇ ਬੀਜੇ ਨੇ, ਚੁਗਣੇ ਤਾਂ ਪੈਣੇ ਹੀ ਨੇ ਨਾ। ਹਲੇ ਤਾਂ ਸਿਕਿਉਰਿਟੀ ਹੈ, ਸਪੋਜ਼ ਕਰੋ ਕੱਲ ਕੋਈ ਹੋਰ ਕਿਸੇ ਦਾ ਜਜ਼ਬਾਤ ਹੋਵੇ, ਜਜ਼ਬਾਤੀ ਖੂਨ ਆ ਇਹ, ਅੱਜ ਦਾ ਨਹੀਂ ਇਹ ਸ਼ੁਰੂ ਤੋਂ ਹੈ ਜਜ਼ਬਾਤੀ ਖੂਨ ਹੋਣ ਕਰਕੇ ਕਿੰਨੀਆਂ ਫਾਂਸੀਆਂ ਜਿਹੜੀਆਂ ਦੇਸ਼ ਦੀ ਆਜ਼ਾਦੀ ਲਈ ਵੀ ਕੀਤੀਆਂ। ਸਾਡਾ ਤਾਂ ਧਰਮ ਇਹ ਹੈ ਪੰਜਾਬ 'ਚ ਆ ਕੇ ਚੱਕਰ ਤਾਂ ਮਾਰੇ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਇਤਿਹਾਸ ਪੜ੍ਹੇ ਸਿੱਖ ਕਿਸਮ ਦਾ। ਇਹ ਕੋਈ ਏਦਾਂ ਨਹੀਂ ਹੈ ਵੀ ਮਤਲਬ ਇਹ ਕੋਈ ਕਾੜਕੂ ਨੇ ਜਾਂ ਕੋਈ ਇਹ ਅੱਤਵਾਦੀ ਨੇ ਡੈਫੀਨੇਸ਼ਨ ਦੇ ਕੇ, ਨਵਾਂ ਹੀ ਜਿਹੜਾ ਫਰੀਡਮ ਟੂ ਐਕਸਪ੍ਰੈਸ਼ਨ ਹੈ ਉਹਦੇ 'ਤੇ ਵੀ ਮੈਨੂੰ ਇਹ, ਮੈਂ ਲੈਟ ਮੀ ਕਲੈਰੀਫਾਈ, ਆਈ ਯੂਜ਼ ਟੂ ਅਪੀਅਰ ਯੂਜਲੀ ਇਨ ਦੀ ਹਾਈ ਕੋਰਟ ਇਨ ਦੀ ਸੁਪਰੀਮ ਕੋਰਟ ਬਿਫੋਰ ਦੀ ਫੁੱਲ ਬੈਂਚ ਕੌਨਸਟੀਟਿਊਸ਼ਨਲ ਬੈਂਚਸ, ਪਰ ਜੋ ਕੌਨਸਟੀਟਿਊਸ਼ਨ ਦੇ ਵਿੱਚ ਹੈ ਉਹ ਤੋਂ ਬਿਨਾਂ ਇੱਕ ਡਰ ਦਾ ਮਾਹੌਲ ਮਨਿਓਰਟੀ ਕਮਿਊਨਿਟੀ ਸਿੱਖਇਜ਼ਮ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਇਹੋ ਜਿਹੇ ਲੋਕਾਂ ਦੇ ਥਰੂ, ਜਿਨ੍ਹਾਂ ਨੂੰ ਬੜੀ ਨੱਥ ਪਾਉਣ ਦੀ ਲੋੜ ਹੈ। ਔਰ ਇਹਨਾਂ ਲਈ ਵੀ ਕਾਨੂੰਨ ਬਰਾਬਰ ਹੈ। ਪਰ ਇਹਦੇ 'ਚ ਦੇਖੀਏ ਜਿਵੇਂ ਇਹਨੂੰ ਸਸਪੈਂਡ ਕਰਿਆ, ਹਾਲਾਂਕਿ ਉਦੋਂ ਬਾਅਦ ਦੇ ਵਿੱਚ ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈਗੀ, CSF ਵੀ ਕਰ ਰਹੀ ਹੈ, ਉਹਦੇ ਵੱਲੋਂ ਹੀ ਪਤਾ ਲੱਗ ਰਿਹਾ ਵੀ ਸ਼ਿਕਾਇਤ ਕਰਾਈ ਗਈ ਹੈ, ਤਾਂ ਇਹਦੇ 'ਚ ਇਹਦੇ ਖੁਦ ਦੇ ਕੁੜੀ ਦੇ ਕਿੰਨੇ ਰਾਈਟਸ ਹੈਗੇ ਨੇ ਗੇ ਤੇ ਕੱਲ੍ਹ ਨੂੰ ਜਦੋਂ ਇਹਨੇ ਜਾਣਾ? ਦੇਖੋ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ, ਇਹ ਐਕਟ ਮੈਂ ਤੁਹਾਨੂੰ ਦਿਖਾ ਦਿੰਦਾ, 1968 ਦਾ ਐਕਟ ਹੈ। ਇਹ ਵੀ ਆ ਰਹੀ ਹੈ ਨਾ, ਕਹਿੰਦੇ ਝਗੜਾ ਤਾਂ ਹੋਇਆ ਕਿਸੇ ਹੋਰ ਗੱਲ ਪਿੱਛੇ ਸੀਗਾ, ਇਹ ਸਾਰਾ ਜਿਹੜਾ ਵੱਧਾ ਵੱਧਾ ਫਿਰ ਇਸ ਮੁਕਾਮ ਤੱਕ ਪਹੁੰਚ ਗਿਆ। ਹਾਂ ਉਹਦਾ ਰਾਈਟ ਸੀ, ਜੇ ਉਹਨੇ ਚੈਕਿੰਗ ਵਾਸਤੇ ਕੋਈ ਪਰਸ ਵਾਸਤੇ ਚੈੱਕ ਕਰਨਾ, ਉਹ ਕਾਹਦੇ ਵਾਸਤੇ ਲਈ ਹੈ? ਉਹਦਾ ਰਾਈਟ ਸੀ, ਚਾਹੇ ਕੋਈ MP ਹੈ ਚਾਹੇ MLA, ਜੇ ਕੋਈ ਉਹਨੂੰ ਸਿਕਿਉਰਿਟੀ ਪਰਸੋਨਲ ਉਹਨੂੰ ਕਹਿੰਦਾ ਜਿਹੜਾ ਆਫੀਸ਼ੀਅਲੀ ਡੈਜ਼ਿਗਨੇਟਡ ਆ ਵੀ ਤੂੰ ਚੈੱਕ ਕਰਾ ਆਪਣਾ ਪਰਸ, ਉਹ ਇਹਦੇ 'ਚ ਤਾਂ ਮਤਲਬ ਈਗੋ ਬਹੁਤ ਹੈ ਨਾ। ਇਹ ਵੀ ਇਹ ਤਾਂ ਹੁਣ ਉਹਦਾ ਜਦੋਂ ਵਰਜਨ ਆਏਗਾ ਉਦੋਂ ਪਤਾ ਚੱਲੇਗਾ ਨਾ, ਉਦੋਂ ਕਿੰਨਾ ਉਹਨੂੰ ਡਿਪਰੈਸ ਕੀਤਾ ਹੋਇਆ ਜਾਂ ਕਿੱਥੇ ਉਹਨੂੰ ਰੱਖਿਆ। ਆਈ ਕਾਂਟ ਕਮੈਂਟ ਔਨ ਦੀ ਸੇਮ। ਤੁਸੀਂ ਪੁੱਛਿਆ ਸੀ ਇਹਦੇ ਐਕਸ਼ਨ, ਜੇ ਇਹ ਡਿਸਮਿਸਲ ਰਿਮੂਵਲ ਤੇ ਇਹਦੇ ਅਗੇਂਸਟ ਸਸਪੈਂਸ਼ਨ ਤੋਂ ਬਾਅਦ ਹੁੰਦਾ ਤਾਂ ਸੈਕਸ਼ਨ 9 ਅਪੀਲ ਦੀ ਗੱਲ ਕਰਦਾ, ਇਹ ਸੈਕਸ਼ਨ 9 ਹੈ, ਅਪੀਲ ਹੈ। ਜੇ ਅਪੀਲ 'ਚ ਵੀ ਸੁਣਵਾਈ ਨਹੀਂ ਹੁੰਦੀ ਤਾਂ ਰਿਵਿਜ਼ਨ ਫਾਈਲ ਕਰ ਸਕਦੀ ਹੈ, ਉਹ ਰਿਵਿਜ਼ਨ ਦਾ ਵੀ ਇਹ 'ਚ ਪ੍ਰਾਵਧਾਨ ਹੈ। ਤੇ ਹਾਂ ਇਹਦੇ ਵਿੱਚ ਇੱਕ ਸੈਕਸ਼ਨ 18 ਜ਼ਰੂਰ ਬਣਾਇਆ ਹੋਇਆ ਸੀ ਜਿਹਦੇ ਵਿੱਚ CRPC ਨੂੰ ਬਾਹਰ ਐਕਸਕਲੂਡ ਕੀਤਾ, ਕਿਉਂਕਿ ਡਿਸਿਪਲਿਨਰੀ ਫੋਰਸ ਹੈ ਜਿਹੜਾ ਕਮਾਂਡੈਂਟ ਹੈ। ਹੁਣ ਇਹਦੇ ਵਿੱਚ ਡਾਇਰੈਕਟਰ ਜਨਰਲ ਹੈ, ਉਸ ਤੋਂ ਬਾਅਦ IG ਹੈ, ਡਿਪਟੀ IG ਹੈ, ਉਸ ਤੋਂ ਬਾਅਦ ਕਮਾਂਡੈਂਟ ਤੇ ਡਿਪਟੀ ਕਮਾਂਡੈਂਟ, ਇਹ ਇੱਕ ਉਹਦੇ ਚੇਂਜ ਬਣੇ ਹੋਏ ਨੇ। ਜਿਵੇਂ ਹੁਣ ਕਮਾਂਡੈਂਟ ਇੱਥੇ ਕਰ ਰਿਹਾ ਜੋ ਕਾਰਵਾਈ ਕਰਨੀ ਹੈ, ਉਹਦੇ 'ਚ ਇੱਕ ਸੈਕਸ਼ਨ 18 ਦੇ ਵਿੱਚ ਇਹ ਜ਼ਰੂਰ ਹੈ ਵੀ ਜੇ ਉਹ ਉਹਨੂੰ ਲੱਗਦਾ ਵੀ ਕੋਈ ਮੈਂਬਰ ਫੋਰਸ ਆਪਣੀ ਡਿਊਟੀ ਨੂੰ ਵਾਇਲੇਟ ਕੀਤਾ ਉਹਨੇ, ਜਾਂ ਕੋਈ ਉਹ ਐਬਸੈਂਟ ਹੋ ਗਿਆ ਡਿਊਟੀ ਤੋਂ, ਉਹਦੇ 'ਚ ਸਜ਼ਾ 1 ਸਾਲ ਦੀ ਸੁਣਾਈ ਜਾ ਸਕਦੀ ਹੈ, ਤੇ ਉੱਥੇ CRPC ਲਾਗੂ ਨਹੀਂ ਹੋਊਗੀ, 1 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਤੇ ਉਹ ਬੇਲੇਬਲ ਵੀ ਨਹੀਂ ਹੈ, ਉਹ ਅਫੈਂਸ ਹੈ ਜਿਹੜਾ ਨੋਨ ਅਵੇਲੇਬਲ ਹੈ ਤੇ ਕੋਗਨੀਜੇਬਲ ਹੈ, ਜਿਹੜਾ ਕਿ ਮੈਨੂੰ ਲੱਗਦਾ ਇਹਦੇ ਵਿੱਚ ਨਹੀਂ ਬਣਦਾ, ਕਿਉਂਕਿ ਉਹਨੇ ਜੇ ਕੋਈ ਐਕਟ ਕੀਤਾ, ਜੇ ਐਕਟ ਕੀਤਾ ਤੇ ਉਹਦਾ ਜੋ ਪ੍ਰਾਵਧਾਨ ਆ ਉਹ ਕਾਰਵਾਈ ਇਹ ਕਰੇ ਰਹੇ ਨੇ, ਬੜੇ ਸਿਆਣੇ ਨੇ ਉਸ ਗੱਲ ਦੇ ਵਿੱਚ। ਪਰ ਗੱਲ ਇਹ ਹੈ ਵੀ ਉਹਦਾ ਰੀਜ਼ਨ ਕੀ ਹੈ, ਇਹ ਨੌਬਤ ਕਿਉਂ ਪਹੁੰਚੀ ਆਉਣ ਦੀ? ਜੇ ਉਹਦੀ ਰੇਹ ਤਾਂ ਰਿਟੈਲੀਏਟ ਹੈ, ਇਹ ਤਾਂ ਉਹਦਾ ਕਾਫੀ ਟਾਈਮ ਮਗਰੋਂ ਇੱਕ ਉਹਦਾ ਜਜ਼ਬਾ ਹੈ, ਕੀ ਪਤਾ ਕਿੰਨੇ ਲੋਕਾਂ ਦੇ ਹੋਰ ਮਨ ਵਿੱਚ ਹੋਵੇ, ਜਿਹੜੇ ਬੰਦੇ ਨੂੰ ਤੁਹਾਨੂੰ ਕੋਈ ਇੱਕ ਤੁਸੀਂ ਇੱਕ ਆਪਣਾ ਜੀਵਨ ਬਸਰ ਕਰ ਰਹੇ ਹੋ, ਤੁਸੀਂ ਸਾਰਿਆਂ ਨੂੰ ਟਾਰਗੇਟ ਕਰਤਾ ਕਿ ਇਹ ਮਤਲਬ ਅੱਤਵਾਦੀ ਤੇ ਖਾੜਕੂ ਨੇ, ਇਹਨਾਂ ਲਈ ਤਾਂ ਤੁਹਾਡੀ ਰਿਸਪੈਕਟ ਹੋਣੀ ਬਣਦੀ ਹੈ। ਜੇ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਤਾਂ 100 ਸਾਲ ਤਾਂ ਪੰਜਾਬ 'ਚ ਨਹੀਂ ਬਣਨ ਦਿੱਤੇ, ਐਸਾ ਖੂਨ ਹੈ ਕੋਈ ਅੱਜ ਦਾ ਨਹੀਂ, ਇਹ ਜੁਝਾਰੂ ਖੂਨ ਹੈ। ਇਹ ਰਾਈਟ ਕੌਨਸਟੀਟਿਊਸ਼ਨ ਨੇ ਦਿੱਤੇ ਹੋਏ ਨੇ ਮਨਿਓਰਟੀ ਵਾਸਤੇ ਵੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਸਿੱਖਾਂ ਨੂੰ ਜਾਂ ਗੁਰਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਅੱਤਵਾਦੀ ਕਹਿਣ ਦਾ। ਔਰ ਜੇ ਕੋਈ ਕਹਿੰਦਾ ਜੇ ਸਰਕਾਰ ਕਾਰਵਾਈ ਨਹੀਂ ਕਰਦੀ, ਜੇ ਅੱਜ ਕਿਸੇ ਸਿਟੀਜ਼ਨ ਨੇ ਦੁਖੀ ਹੋ ਕੇ ਅੰਤ ਦੀ ਆਈ ਨੂੰ ਆਪਣਾ ਗੁੱਸਾ ਜ਼ਾਹਰ ਕਰਨ ਵਾਸਤੇ ਕੁਛ ਕੀਤਾ, ਉਹਦੇ ਅਗੇਂਸਟ ਜੋ ਤੁਸੀਂ ਕਾਰਵਾਈ ਹੈ ਉਹ ਜਿਹੜੀ ਕਰ ਸਕਦੇ ਹਾਂ ਮੈਂ ਦੱਸਦਾ, ਮੈਕਸੀਮਮ ਉਹ ਹੈ। ਪਰ ਰੀਜ਼ਨ ਜੜ ਕੀ ਹੈ
ਉਹ ਫੜਨ ਦੀ ਲੋੜ ਹੈ। ਔਰ ਇਹਨੂੰ ਅੱਗੇ ਵਾਸਤੇ ਜੇ ਕੋਈ ਵੀ ਅਫੈਂਸ ਪਿੱਛੇ ਵਾਲਾ ਵੀ ਤੇ ਹੁਣ ਵਾਲਾ ਵੀ, ਹੁਣ ਵੀ ਜਿਹੜੀ ਸਟੇਟਮੈਂਟਾਂ ਆ ਰਹੀਆਂ ਉਹ ਵੀ ਨੈਸ਼ਨਲ ਪੀਸ ਤੇ ਸਿਕਿਉਰਿਟੀ ਦੇ ਅਗੇਂਸਟ ਹੈ। ਗਵਰਨਮੈਂਟ ਨੂੰ, ਚਾਹੇ MP ਹੈ ਚਾਹੇ ਰੂਲਿੰਗ ਗਵਰਨਮੈਂਟ ਦੀ MP ਹੋ ਜਾਵੇ, ਇਹ ਓਥ ਲੈਣ ਤੋਂ ਬਾਅਦ ਜੇ ਅਫੈਂਸ ਕਰਦੀ ਆ, ਸੇਮ ਟ੍ਰੀਟਮੈਂਟ ਸਿਟੀਜ਼ਨ ਜਿਵੇਂ ਆਮ ਨਾਗਰਿਕ ਦੇ ਨਾਲ ਹੁੰਦਾ, ਉਦਾਂ ਇਹਦੇ ਤੇ ਪਰਚਾ ਦੇ ਕੇ ਜਾਂ ਹੋਰ ਕਾਰਵਾਈ ਜੋ ਕਰਨੀ ਬਣਦੀ ਹੈ ਉਹ ਕਰਨੀ ਬਣਦੀ ਹੈ। ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਆਖਰ ਕਿੰਨੀਆਂ ਕੁ ਦਿੱਕਤਾਂ ਪਰੇਸ਼ਾਨੀਆਂ ਵਧਣਗੀਆਂ ਜਾਂ ਘਟਣਗੀਆਂ, ਪਰ ਉਹਦੇ ਨਾਲ ਗੱਲ ਇਹ ਹੈ ਵੀ ਜ਼ਾਹਿਰ ਜੀ ਗੱਲ ਹੁੰਦੀ ਹੈ ਕੋਈ ਕਾਰਵਾਈ ਹੁੰਦੀ ਹੈ, ਪਰੇਸ਼ਾਨੀ ਤਾਂ ਵੱਧਦੀ ਹੈ, ਪਰ ਨਾਲ ਇਹ ਹੈ ਵੀ ਰਾਹਤ ਵੱਡੇ ਤੌਰ ਤੇ ਜਿਹੜੇ ਸਰਕਮਸਟਾਂਸ ਬਣਦੇ ਨੇ ਗੇ ਉਹ ਬਹੁਤ ਮਾਇਨੇ ਰੱਖਦੇ ਨੇ। ਜਿਵੇਂ ਵਕੀਲ ਸਾਹਿਬ ਨੇ ਕਿਹਾ ਕਿ ਜਿਹੜੇ ਬਿਆਨ ਕੰਗਨਾ ਕਰਨੀਓ ਆ ਰਹੇ ਨੇ ਜਾਂ ਪਹਿਲਾਂ ਆਏ ਨੇ ਗੇ, ਉਹ ਵੀ ਕੋਈ ਬਹੁਤੇ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਚੰਗੇ ਨਹੀਂ ਕਿ ਜਿਹਨਾਂ ਨੂੰ ਇਗਨੋਰ ਕੀਤਾ ਜਾ ਸਕੇ, ਕਿਉਂਕਿ ਸਿੱਧੇ ਤੌਰ ਤੇ ਪੰਜਾਬੀਅਤ ਤੇ ਉੱਤੇ ਹਮਲਾ ਹੈ, ਸਿੱਖੀ ਦੇ ਉੱਤੇ ਕਿਤੇ ਨਾ ਕਿਤੇ ਟਾਰਗੇਟ ਉਹਦੇ ਵੱਲੋਂ ਕੀਤਾ ਜਾਂਦਾ, ਤਾਂ ਕਾਰਵਾਈ ਉਹਦੇ ਉੱਤੇ ਕਿਉਂ ਨਹੀਂ ਤੇ ਉਸ ਚੀਜ਼ ਨੂੰ ਰੋਕਿਆ ਤਦੀ ਜਾ ਸਕਦਾ ਜਦੋਂ ਤੱਕ ਕਾਰਵਾਈ ਕੰਗਨਾ ਤੇ ਸ਼ੁਰੂ ਨਹੀਂ ਹੁੰਦੀ ਹੈਗੀ। ਵੀਡੀਓ ਜਰਨਲਿਸਟ ਰਜਿੰਦਰ ਕੀ ਨਾਲ ਸਮੀਤ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ। ਬੁਰੀ ਖਬਰ ਇਹ ਹੈ ਕਿ ਸਾਡੀ ਭੈਣ ਕੁਲਵਿੰਦਰ ਕੌਰ ਜੀ ਦੇ ਉੱਤੇ FIR ਕਰਵਾ ਦਿੱਤੀ ਗਈ ਹੈ। FIR ਦੇ ਵਿੱਚ ਦੋ ਧਾਰਾਂ ਲਗਾਈਆਂ ਗਈਆਂ, ਇੱਕ ਹੈਗੀ ਹੈ 333 ਔਰ ਦੂਸਰੀ ਹੈਗੀ ਹੈ 339। 333 ਜਿਹੜੀ ਧਾਰਾ ਹੈ ਉਹਦੇ ਵਿੱਚ 1 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ 1,000 ਰੁਪਇਆ ਜੁਰਮਾਨਾ ਹੋ ਸਕਦਾ ਹੈ, ਤੇ ਨੰਬਰ 2 ਤੇ ਜਿਹੜੀ ਲਗਾਈ ਗਈ ਹੈ ਧਾਰਾ ਉਹ ਹੈਗੀ ਹੈ 339, ਤੇ 339 ਦੇ ਮੁਤਾਬਕ 1 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਤੇ 500 ਰੁਪਇਆ ਜੁਰਮਾਨਾ ਹੋ ਸਕਦਾ ਹੈ। ਯਾਨੀ ਕਿ ਕੋਈ ਏਡੀਆਂ ਵੱਡੀਆਂ ਧਾਰਾਵਾਂ ਜਿਹੜੀਆਂ ਉਹ ਨਹੀਂ ਲਗਾਈਆਂ ਗਈਆਂ। ਬਾਕੀ ਵਕੀਲ ਸਾਹਿਬ ਦਾ ਕਹਿਣਾ ਸੀ ਕਿ ਕੰਗਨਾ ਰਣਾਵਤ ਨੇ ਹਮੇਸ਼ਾ ਹੀ ਮਿਨੋਰਿਟੀ ਨੂੰ ਬੁਰਾ ਭਲਾ ਕਿਹਾ ਹੈ, ਪੰਜਾਬੀਆਂ ਨੂੰ ਬੁਰਾ ਭਲਾ ਕਿਹਾ ਹੈ, ਆਤੰਕਵਾਦੀ ਕਿਹਾ ਹੈ, ਦਹਿਸ਼ਤਗਰਦ ਕਿਹਾ ਹੈ, ਤੇ ਜਦੋਂ ਕੋਈ ਬਿਲਾ ਵਜ੍ਹਾ ਐਵੇਂ ਹੀ ਮੂੰਹ ਪਾੜ ਪਾੜ ਕੇ ਐਵੇਂ ਦੀਆਂ ਗੱਲਾਂ ਕਰੀ ਜਾਵੇ ਤੇ ਉਹਦੇ ਉੱਤੇ ਵੀ NSA ਲੱਗ ਸਕਦੀ ਹੈ, ਉਹਦੇ ਉੱਤੇ ਵੀ NSA ਲੱਗ ਸਕਦੀ ਹੈ। ਇਸੇ ਲਈ ਕੰਗਨਾ ਨਰਾਵਤ ਜਿਹੜੀ ਹੈ ਉਹਦੇ ਉੱਤੇ ਵੀ NSA ਲਗਾ ਕੇ ਉਹਨੂੰ ਜੇਲ੍ਹ ਦੇ ਵਿੱਚ ਕੀਤਾ ਜਾਵੇ। ਬਾਕੀ ਵਕੀਲ ਸਾਹਿਬ ਦਾ ਪੁਆਇੰਟ ਜਿਹੜਾ ਹੈ ਬਹੁਤ ਹੀ ਵੈਲਿਡ ਹੈ, ਬਹੁਤ ਹੀ ਵੈਲਿਡ ਪੁਆਇੰਟ ਹੈ ਕਿ ਜਿਹੜੀ ਕੰਗਨਾ ਰਣਾਵਤ ਹੈ ਉਹਦੇ ਉੱਤੇ ਵੀ NSA ਲੱਗਣੀ ਚਾਹੀਦੀ ਹੈ। ਹਮੇਸ਼ਾ ਹੀ ਉਹ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਬੋਲੀ, ਪੰਜਾਬ ਦੇ ਅਗੇਂਸਟ ਹੀ ਬੋਲੀ ਹੈ, ਪੰਜਾਬ ਦੇ ਲੋਕਾਂ ਨੂੰ ਉਹਨੇ ਦਹਿਸ਼ਤਗਰਦ ਆਤੰਕਵਾਦੀ ਹੀ ਕਿਹਾ। ਈਵਨ ਕਿ ਜਿਹੜਾ ਉਹਨੇ ਰਿਪਲਾਈ ਕੀਤਾ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਹੁਣ ਦੱਸਾਂਗੀ, ਯਾਨੀ ਕਿ ਧਮਕੀ ਲਾਈ ਹੈ, ਖੁੱਲਮ ਖੁੱਲੀ ਧਮਕੀ ਲਗਾਈ ਹੈ, ਪੂਰਾ ਪੂਰਾ ਇੰਦਰਾ ਗਾਂਧੀ ਦੇ ਪੈਰਾਂ ਦੇ ਉੱਤੇ ਚੱਲਣ ਦੀ ਹੈ। ਬਾਕੀ ਵਕੀਲ ਸਾਹਿਬ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਜੀ ਦੇ ਉੱਤੇ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹੈ ਉਹ ਕੁਝ ਵੱਡੀਆਂ ਨਹੀਂ ਹੈ, ਆਮ ਲੋਕਾਂ ਦੇ ਉੱਤੇ ਵੀ ਇਹੀ ਧਾਰਾਵਾਂ ਲੱਗਦੀਆਂ, ਕੋਈ ਖਾਸ ਧਾਰਾਵਾਂ ਨਹੀਂ ਲਗਾਈਆਂ ਗਈਆਂ। ਬਾਕੀ ਕੰਗਨਾ ਰਣਾਵਤ ਨੇ ਵੀ ਪੰਜਾਬ ਦੇ ਬਾਰੇ ਬਹੁਤ ਹੀ ਗਲਤ ਗੱਲਾਂ ਕੀਤੀਆਂ ਹੈ, ਕੋਰਟ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਰੱਖੀਆਂ ਜਾਣ ਤੇ ਕੁਲਵਿੰਦਰ ਕੌਰ ਦੀ ਜਿਹੜੀ ਸਜ਼ਾ ਹੈ ਜਾਂ ਉਹਦੇ ਤੇ ਜਿਹੜੀਆਂ ਧਾਰਾਂ ਲਗਾਈਆਂ ਗਈਆਂ ਹੈ ਉਹਨਾਂ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਔਰ ਜਿਹੜੀ ਕੰਗਨਾ ਰਣਾਵਤ ਹੈ ਉਹਦੇ ਉੱਤੇ ਉਲਟਾ ਕੇਸ ਜਿਹੜਾ ਉਹ ਕੀਤਾ ਜਾਵੇ ਯਾਰ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ ਹੈ, ਜੋ ਆਪ ਜੀ ਨੂੰ ਲੱਗਦਾ ਹੈ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ, ਤੇ ਇਹ ਸੀ ਮੇਰੀ ਅੱਜ ਦੀ ਵੀਡੀਓ, ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।